पंजाब दे विच हड़ा ने जिथे भारी तबाही मचाई है उत्थे ही जलंधर दे शाहकोट तो वक्-वक् तस्वीरां सामने आईयां ने जिथे कि तुसी बन दे विच पाड़ पैण दे नाल 30 दे करीब पिंड जो ने ਉਹ ਪਾਣੀ ਦੇ ਵਿੱਚ ਡੁੱਬ ਗਏ ਨੇ। ਦੱਸ ਦਈਏ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਪਾੜ ਪਿਆ ਹੋਇਆ ਤੇ ਇਸ ਨੂੰ ਹੁਣ ਪੂਰਨ ਦੀਆਂ ਕੋਸ਼ਿਸ਼ਾਂ ਜੋ ਨੇ ਉਹ ਕੀਤੀਆਂ ਜਾ ਰਹੀਆਂ ਨੇ। ਪ੍ਰਸ਼ਾਸਨ ਜਿੱਥੇ ਲਗਾਤਾਰ ਹਰ ਕੋਸ਼ਿਸ਼ ਕਰ ਰਿਹਾ ਉੱਥੇ ਸੰਤ ਸੀਚੇਵਾਲ ਦੀ ਟੀਮ ਵੀ ਜੋ ਹੈ ਉਹ ਮੌਕੇ ਦੇ ਉੱਤੇ ਮੌਜੂਦ ਹੈ ਤੇ ਇਸ ਦੇ ਨਾਲ ਹੀ ਸੰਤ ਸੀਚੇਵਾਲ ਨੇ ਵੀ ਇੱਕ ਪਾਸੇ ਮੋਰਚਾ ਜੋ ਹੈ ਉਹ ਸੰਭਾਲ ਰੱਖਿਆ। ਤਾਂ ਇਹ ਵੱਖ-ਵੱਖ ਤਸਵੀਰਾਂ ਅਸੀਂ ਤੁਹਾਨੂੰ ਸ਼ਾਹਕੋਟ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਹੜ੍ਹਾਂ ਦੇ ਨਾਲ ਭਾਰੀ ਤਬਾਹੀ ਹੋਈ ਹੈ। दस दिए कि धूसी बन टुटिया जिस दे कारण 30 दे करीब